ਚੋਣਾਂ ਦਾ ਮੌਸਮ ਆ ਚੁੱਕਿਆ ਤਾਂ ਗੱਲ ਕਰੀਏ ਪਟਿਆਲਾ ਦੀ, ਤਾਂ ਪਟਿਆਲਾ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਜਗ੍ਹਾਵਾਂ ਨੇ ਜਿਹਦੀ ਚਾਹ ਬੜੀ ਮਸ਼ਹੂਰ ਹੈ। ਗੱਲ ਕਰੀਏ ਪਟਿਆਲਾ ਦੇ ਅਨਾਰਦਨਾ ਚੌਂਕ ਦੇ ਆਗਿਆ ਸਿੰਘ ਦੀ, ਆਗਿਆ ਸਿੰਘ ਦੀ ਚਾਹ ਬੜੀ ਫੇਮਸ ਹੈ, ਲੋਕ ਦੂਰੋਂ ਦੂਰੋਂ ਪੀਣ ਵਾਸਤੇ ਆਉਂਦੇ ਆ। ਤਾਂ ਜ਼ਾਹਿਰ ਜੀ ਗੱਲ ਹੈ, ਇਸ ਦੌਰਾਨ ਚੋਣਾਂ ਦੀ ਵੀ ਗੱਲ ਹੁੰਦੀ ਹੈ, ਤਾਂ ਗੱਲ ਹੁੰਦੀ ਹੈ ਉਮੀਦਵਾਰਾਂ ਦੀ ਵੀ, ਕਿਸ ਉਮੀਦਵਾਰ ਨੂੰ ਵੋਟ ਪਾਈ ਜਾਵੇ, ਕਿਸ ਦੀ ਸਰਕਾਰ ਬਣੇ। ਸੋ ਦੇਖ ਸਕਦੇ ਹੋ ਕਿ ਚਾਹ ਤਿਆਰ ਹੈ ਅਤੇ ਜਿਹੜੇ ਲੋਕ ਹੈ ਜਾਂ ਵੋਟਰਸ ਹੈ ਉਹ ਵੀ ਤਿਆਰ ਨੇ। ਚਾਹ ਅਤੇ ਚਰਚਾ ਪ੍ਰੋਗਰਾਮ ਜ਼ੀ ਪੰਜਾਬ ਹਰਿਆਣਾ ਹਿਮਾਚਲ ਲੈ ਕੇ ਆਇਆ ਚਾਹ ਪੇ ਚਰਚਾ। ਦੇਖ ਸਕਦੇ ਹੋ ਕਿ ਇਹ ਚਾਹ ਪੀਣ ਦੇ ਲਈ ਹੀ ਸਾਰੇ ਖੜ੍ਹੇ ਨੇ, ਤਾਂ ਅੰਦਰ ਵੀ ਜਿਹੜੇ ਹੈ ਲੋਕ ਜਿਹੜੇ ਚਾਹ ਪੀ ਰਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਚੋਣਾਂ ਦਾ ਮਾਹੌਲ ਕੀ ਹੈ, ਕਿਸ ਉਮੀਦਵਾਰ ਨੂੰ ਜਿਹੜਾ ਹੈਗਾ ਲੋਕ ਪਸੰਦ ਕਰਦੇ ਨੇ, ਕਿਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਉਹ ਜਿਤਾਣਗੇ, ਕਿਸ ਦੀ ਸਰਕਾਰ ਬਣੇਗੀ, ਪ੍ਰਧਾਨ ਮੰਤਰੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇਹ ਪੂਰੇ ਪਹਿਲੂਆਂ 'ਤੇ ਅਸੀਂ ਗੱਲਬਾਤ ਕਰਾਂਗੇ, ਨਾਲੇ ਚਾਹ ਵੀ ਪੀਵਾਂਗੇ ਅਤੇ ਨਾਲੇ ਗੱਲਬਾਤ ਵੀ ਕਰਾਂਗੇ। ਸੋ ਦੇਖ ਸਕਦੇ ਹੋ ਕਿ ਫਿਲਹਾਲ ਚਾਹ ਵੀ ਤਿਆਰ ਹੈ। ਸਭ ਤੋਂ ਪਹਿਲਾਂ ਸਰ ਕੀ ਨਾਮ ਹੈ ਤੁਹਾਡਾ? ਬਲਵੰਤ ਕੁਮਾਰ। ਬਲਵੰਤ ਜੀ, ਪਟਿਆਲੇ ਦੀ ਗੱਲ ਕੀਤੀ ਜਾਵੇ, ਕਿਵੇਂ ਜਿਹੜਾ ਹੈਗਾ ਦੇਖ ਰਹੇ ਹੋ ਮਾਹੌਲ, ਕਿਹਦਾ ਦੇ ਦਿਓ? ਸਾਡੇ ਦਿਨ 'ਤੇ ਜੀ ਸਰ, ਮੈਂ ਆਪਣੀ ਇੱਛਾ ਵਿਅਕਤ ਕਰਦਾ, ਜਿੱਥੇ ਤੱਕ ਦਾ ਮਾਹੌਲ ਹੈ ਜੀ, ਮੇਰੀ ਨਜ਼ਰੀਏ ਨਾਲ ਮਹਾਰਾਣੀ ਪਰਨੀਤ ਕੌਰ ਦਾ ਮਾਹੌਲ ਹੈ ਜੀ। ਜੀ, ਮੈਂ ਅਸੀਂ ਤੋਪਖਾਨਾ ਮੋੜ ਰਹਿ ਰਹੇ ਹਾਂ ਅਤੇ ਮਹਾਰਾਣੀ ਪਰਨੀਤ ਕੌਰ ਦਾ ਅੱਛਾ ਮਾਹੌਲ ਹੈ। ਹੋਰ ਹੈ, ਇਸ ਵਾਰ ਤੁਸੀਂ ਵੋਟਰ ਜਿਹੜੇ ਹੈਗੇ ਆ ਕਿ ਪਾਰਟੀ ਨੂੰ ਦੇਖ ਕੇ ਵੋਟ ਪਾਉਂਦੇ ਹੋ ਜਾਂ ਕੈਂਡੀਡੇਟ ਨੂੰ ਵੋਟ ਦੇਖ ਕੇ ਪਾਉਂਦੇ ਹੋ? ਦੇਖੋ ਜੀ, ਜੋ ਸੈਂਟਰ ਗੌਰਮੈਂਟ ਹੈ, ਜਿਹੜੀ ਸੈਂਟਰ 'ਚ ਉਹ ਸਰਕਾਰ ਚਲਾ ਰਹੇ ਹੈ, ਉਸ ਆਧਾਰ 'ਤੇ ਅਸੀਂ ਤਾਂ ਉਹਨਾਂ ਨੂੰ ਦੇਖ ਕੇ ਵੋਟ ਪਾਉਂਦੇ ਹਾਂ, ਜਿਵੇਂ ਨਰਿੰਦਰ ਮੋਦੀ ਜੀ ਹੈ, ਉਹਨਾਂ ਦੇ ਚਿਹਰੇ ਨੂੰ ਦੇਖ ਕੇ ਵੋਟ ਪਾਉਂਦੇ ਹਾਂ। ਹਾਂਜੀ। ਅੱਛਾ, ਚਾਹ ਦੇ ਨਾਲ, ਚਾਹ ਪੀਣ ਦੇ ਨਾਲ ਚਰਚਾਵਾਂ ਹੁੰਦੀਆਂ ਨੇ ਅਕਸਰ? ਬਿਲਕੁਲ ਹੁੰਦੀ ਹੈ ਜੀ, ਇਹ ਬਹੁਤ ਅੱਛਾ ਮਾਹੌਲ ਹੈ। ਤੁਸੀਂ ਇਹ ਇੰਨਾ ਵਕਤ, ਇੰਨਾ ਕੀਮਤੀ ਵਕਤ ਕੱਢ ਕੇ ਆਏ ਹੋ ਅਤੇ ਇਹ ਚਾਹ ਦਾ ਮਾਹੌਲ ਹੈ ਇੱਥੇ। ਹਰ ਬੰਦਾ ਇੱਥੇ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਐਵੇਂ ਐਵੇਂ ਮਾਹੌਲ ਬਣਿਆ ਰਹਿੰਦਾ ਹੈ। ਸੋ ਦੇਖ ਸਕਦੇ ਹੋ ਕਿ ਚਾਹ ਵੀ ਪੀਤੀ ਜਾ ਰਹੀ ਹੈ ਅਤੇ ਨਾਲ ਨਾਲ ਡਿਸਕਸ ਵੀ ਕੀਤੀ ਜਾ ਰਹੀ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਚਾਹ ਪੇ ਚਰਚਾ ਜਿਹੜਾ ਪ੍ਰੋਗਰਾਮ ਲੈ ਕੇ ਆਇਆ, ਉਸਦੇ ਵਿੱਚ ਅਸੀਂ ਆਮ ਲੋਕਾਂ ਦੇ ਨਾਲ ਨਾਲ ਜਿਹੜੇ ਉਮੀਦਵਾਰਾਂ ਦੇ ਪ੍ਰਸ਼ੰਸਕ ਨੇ ਜਾਂ ਪਾਰਟੀ ਦੇ ਵਰਕਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ ਕੀ ਨਾਮ ਤੁਹਾਡਾ? ਮੇਰਾ ਆਕਾਸ਼ ਸ਼ਰਮਾ ਜੀ। ਆਕਾਸ਼ ਜੀ, ਚਾਹ ਦੇ ਨਾਲ ਚਰਚਾਵਾਂ ਹੁੰਦੀਆਂ ਨੇ ਸਿਆਸਤ ਦੀਆਂ? ਇਹ ਸਾਨੂੰ ਨਾ ਤੁਸੀਂ ਲਾ ਲਓ ਵੀ ਇੱਕ ਸਵਾਦ ਦੀ ਗੱਲ ਹੈ, ਵੀ ਸਵੇਰੇ ਜਦ ਤੱਕ ਉਰੇ ਆ ਕੇ ਚਾਹ ਨਾ ਪੀਏ, ਜਦ ਤੱਕ ਉਰੇ ਬੰਦੇ ਇਕੱਠੇ ਹੁੰਦੇ ਆ, ਜਦ ਤੱਕ ਗੱਲਬਾਤ ਨਾ ਕਰੀਏ, ਸਾਨੂੰ ਮਜ਼ਾ ਨਹੀਂ ਆਉਂਦਾ। ਸਾਰਾ ਦਿਨ ਸਾਨੂੰ ਇਵੇਂ ਲੱਗਦਾ ਜੇ ਨਾ ਆਈਏ ਵੀ ਅੱਜ ਕੁਛ ਕਮੀ ਰਹਿ ਗਈ ਦਿਨ ਦੇ ਵਿੱਚ, ਉਹ ਸਾਡੀ ਕਮੀ ਉਰੇ ਆ ਕੇ ਸਵੇਰੇ ਪੂਰੀ ਹੁੰਦੀ ਹੈ। ਜਿਵੇਂ ਅਕਸਰ ਤੁਸੀਂ ਦੇਖਦੇ ਸੀ ਪੁਰਾਣੇ ਮਾਹੌਲ ਇਲੈਕਸ਼ਨਾਂ ਦੇ, ਲੱਗਦਾ ਕਿ ਪੁਰਾਣੇ ਮਾਹੌਲ ਨਾਲੋਂ ਇਹ ਮਾਹੌਲ ਜਿਹੜਾ ਹੈਗਾ ਥੋੜ੍ਹਾ ਜਿਹਾ ਘੱਟ ਰੰਗੀਲਾ ਜਿਹਾ ਕਿਤੇ ਲੱਗ ਰਿਹਾ ਵੀ ਚੋਣਾਂ ਹੋ ਰਹੀਆਂ ਨੇ ਜਾਂ ਮਾਹੌਲ ਪੱਕਿਆ ਪੂਰਾ? ਨਹੀਂ ਨਹੀਂ, ਪੂਰਾ ਮਾਹੌਲ ਪੱਕਿਆ ਪਿਆ ਜੀ। ਤੁਸੀਂ ਦੇਖੋ ਜੇ ਪਟਿਆਲਾ ਸ਼ਹਿਰ ਦੀ ਗੱਲ ਕਰ ਲਈਏ ਆਪਾਂ, ਸਿਟੀ ਦੇ ਅੰਦਰ ਦੀ, ਪੂਰਾ ਮਾਹੌਲ ਪੱਕਿਆ ਪਿਆ। ਜਿੱਥੇ ਕਿਤੇ ਤੁਹਾਨੂੰ 2-4 ਬੰਦੇ ਖੜ੍ਹੇ ਗੱਲ ਕਰਦੇ ਦਿਖਣਗੇ ਤਾਂ ਉਹ ਇਲੈਕਸ਼ਨ ਦੀ ਗੱਲ ਹੀ ਕਰ ਰਹੇ ਹੈ। ਕਈ ਮਾਹੌਲ ਤਾਂ ਐਸੇ ਹੋਏ ਪਏ ਵੀ ਉੱਥੇ ਤੁਸੀਂ ਇਹ ਲਾ ਲਓ ਬਹਿਸ ਬਹਿਸ ਦੇ ਵਿੱਚ ਲੜਾਈਆਂ ਹੋ ਰਹੀਆਂ ਕੈਂਡੀਡੇਟਾਂ ਪਿੱਛੇ, ਪੂਰਾ ਸ਼ਹਿਰ ਦੇ ਵਿੱਚ ਮਾਹੌਲ ਪੱਕਿਆ ਪਿਆ। ਆਉਣ ਵਾਲੇ ਦਿਨਾਂ 'ਚ ਚਲੋ ਥੋੜ੍ਹਾ ਜਿਹਾ ਜੇ ਸਮਾਂ ਪਿਆ, ਜਿਵੇਂ 20-22 ਦਿਨ ਪਏ ਹੈ, ਅਤੇ ਹੋਰ ਮਾਹੌਲ ਪੱਕ ਜਾਣਾ ਚਾਹੀਦਾ। ਲੱਗਦਾ ਚਾਰਾਂ ਦੇ ਵਿੱਚ ਲੜਾਈ ਹੈ ਉਮੀਦਵਾਰਾਂ ਦੀ ਜਾਂ ਕੋਈ 2-4 ਹੈਗੇ ਉਮੀਦਵਾਰ? ਚਾਰਾਂ ਦੇ ਵਿੱਚ ਤਾਂ ਨਹੀਂ ਕਹਿ ਸਕਦੇ। ਚਲੋ ਜਿਹੜੀ ਹੁਣ ਅਸਲ ਲੜਾਈ ਰਹਿ ਗਈ ਸ਼੍ਰੋਮਣੀ ਅਕਾਲੀ ਦਲ ਦੀ ਡਾਕਟਰ ਗਾਂਧੀ ਕਾਂਗਰਸ ਦੇ ਨਾਲ ਲੜਾਈ ਹੈ। ਡਾਕਟਰ ਬਲਵੀਰ ਤਾਂ ਬਹੁਤ ਪਿੱਛੇ 4th ਨੰਬਰ 'ਤੇ ਚੱਲ ਰਹੇ ਨੇ, ਮਹਾਰਾਣੀ ਲਾਲੀ ਆਪਾਂ 3 ਨੰਬਰ 'ਤੇ ਚੱਲ ਰਹੀ ਹੈ ਜੀ, ਕਿਉਂਕਿ ਉਹਨਾਂ ਦਾ ਵਿਰੋਧ ਹੀ ਬਹੁਤ ਹੋ ਰਿਹਾ ਹੈ। ਉਹਨਾਂ ਦਾ ਕਿਹੜਾ ਮਨ ਪਸੰਦ ਹੈ?
ਉਮੀਦਵਾਰ ਮਨ ਪਸੰਦ ਹੈ ਜੀ ਐਨਕੇ ਸ਼ਰਮਾ ਜੀ। ਬਿਲਕੁਲ ਸੋ ਜੀ ਬਿਲਕੁਲ ਸਰ, ਚਾਹ ਪੀਣੇ ਹੋ ਨਾਲ ਨਾਲ ਚਰਚਾਵਾਂ ਹੁੰਦੀਆਂ ਨੇ ਸਿਆਸਤ ਦੀ। ਬਸ ਜੀ ਵੈਸੇ ਮਾਹੌਲ ਬਣਿਆ ਰਹਿੰਦਾ ਜੀ, ਇੰਜੋਏ ਪਾਰਟੀ ਹੋ ਜਾਂਦੀ ਹੈ। ਜਦੋਂ ਉਰੇ ਆਈਏ ਅਸੀਂ ਸਵੇਰੇ 5 ਵਜੇ ਵੀ ਆ ਜਾਂਦੇ ਹਾਂ, 6 ਵਜੇ ਵੀ ਆ ਜਾਂਦੇ ਹਾਂ। ਜਦੋਂ ਦਿਨ ਚੜੇ ਅਸੀਂ ਤਾਂ ਉਰੇ ਹੀ ਹੁੰਦੇ ਹਾਂ ਜੀ। ਚਾਹ ਪਾਣੀ ਪੀ ਕੇ 8 ਵਜੇ ਘਰ ਨੂੰ ਜਾਈਦਾ ਜੀ, 8:30 ਵਜੇ। ਕਿੰਨੀ ਗੱਲਾਂ ਹੁੰਦੀਆਂ ਨੇ? ਗੱਲਾਂ ਬਹੁਤ ਹੁੰਦੀਆਂ ਜੀ, ਘਰ ਪਰਿਵਾਰ ਦੀਆਂ ਗੱਲਾਂ ਹੁੰਦੀਆਂ, ਪਾਰਟੀ ਦੀਆਂ ਗੱਲਾਂ ਹੁੰਦੀਆਂ। ਇੰਜੋਏ ਪਾਰਟੀ ਉਰੇ ਬਹੁਤ ਚੱਲਦੀ ਹੈ ਜੀ। ਪਟਿਆਲੇ 'ਚ ਕੀ ਮਾਹੌਲ ਹੈ? ਪਟਿਆਲੇ 'ਚ ਮਾਹੌਲ ਬਹੁਤ ਫਸਟ ਕਲਾਸ ਹੈ ਜੀ, ਬਿਲਕੁਲ ਐਨ ਖੁੱਲ੍ਹਾ ਡੁੱਲਾ ਮਾਹੌਲ ਹੈਗਾ, ਕੋਈ ਬਿਲਕੁਲ ਐਨ ਸ਼ਾਂਤੀ ਹੈ ਜੀ। ਕਿਹੜਾ ਉਮੀਦਵਾਰ ਪਸੰਦ ਹੈ? ਉਮੀਦਵਾਰ ਤਾਂ ਦੇਖੋ ਜੀ, ਸਮੇਂ ਗਿਆ ਸਾਰੀ ਪਸੰਦ ਹੈ ਜੀ, ਆਪਣੇ ਆਪਣੇ ਦਿਲ ਮੱਲੇ ਦੀ ਗੱਲ ਹੈ ਜੀ। ਠੀਕ ਹੈ ਜੀ, ਬਿਲਕੁਲ ਪਾਰਟੀ ਪਾਰਟੀ ਨਾਲ ਹੈ ਕੋਈ? ਪਾਰਟੀ ਦੇਖੋ ਜੀ, ਵੱਖਰੀ ਵੱਖਰੀ ਪਾਰਟੀਆਂ ਹੈ, ਜੋ ਘਰ ਦਾ ਪਰਿਵਾਰ ਦਾ ਜੋ ਮੈਟਰ ਹੋਏਗਾ ਉਹਦੇ ਨਾਲ ਹੀ ਜੱਜਮੈਂਟ। ਬਿਲਕੁਲ ਬਿਲਕੁਲ। ਸੋ ਹੋਰ ਵੀ ਗੱਲਬਾਤ ਕਰਾਂਗੇ ਸਰ। ਕੀ ਨਾਮ ਤੁਹਾਡਾ? ਪਰਵਿੰਦਰ ਢਿੱਲੋਂ ਜੀ। ਪਰਵਿੰਦਰ ਜੀ, ਚਾਹ ਲਗਾਤਾਰ ਇੱਦਾਂ ਹੀ ਪੀਂਦੇ ਹੋ ਬੈਠ ਕੇ ਅਮੂਮਨ? ਨਹੀਂ, ਸਾਡਾ ਰੋਜ਼ ਦਾ ਕੰਮ ਹੈ ਜੀ, ਅਸੀਂ ਬੱਚੇ ਨੂੰ ਸਕੂਲ ਛੱਡ ਕੇ ਇੱਥੇ ਆ ਕੇ 5-4 ਜਣਿਆਂ ਨੇ ਅਸੀਂ ਚਾਹ ਪੀਣੀ ਓ ਪੀਣੀ ਹੈ ਜੀ। ਯਾਰਾ ਦੋਸਤ ਹੁੰਦੇ ਆ, ਗੱਲਾਂ ਬਾਤਾਂ ਹੁੰਦੀਆਂ। ਅੱਜ ਕੱਲ੍ਹ ਚੋਣਾਂ ਦਾ ਮੌਸਮ ਹੈ, ਚੋਣਾਂ ਦੀ ਗੱਲ ਹੁੰਦੀ ਹੋਣੀ? ਹਾਂਜੀ, ਜਿਵੇਂ ਜਿਵੇਂ ਦਾ ਮਾਹੌਲ ਹੁੰਦਾ ਉਹੀ ਜਿਹੀਆਂ ਗੱਲਾਂ ਕਰਦੇ। ਹੁਣ ਜਿਵੇਂ ਚੋਣਾਂ ਦਾ ਮਾਹੌਲ ਚੱਲ ਰਿਹਾ ਜੀ, ਚੋਣਾਂ ਦੀਆਂ ਗੱਲਾਂ ਤਕਰੀਬਨ ਚਰਚਾਵਾਂ ਚੱਲਦੀਆਂ ਨੇ ਜੀ। ਤੁਹਾਨੂੰ ਲੱਗਦਾ ਕੋਈ ਮਾਹੌਲ ਹੈ ਇਲੈਕਸ਼ਨ ਦਾ? ਲੱਗ ਰਿਹਾ ਮਾਹੌਲ ਪਟਿਆਲੇ 'ਚ? ਨਹੀਂ, ਪੂਰਾ ਮਾਹੌਲ ਹੈ ਜੀ, ਪੂਰਾ ਆਲੇ ਦੁਆਲੇ ਸਾਰੇ ਕਿਤੇ ਰੈਲੀਆਂ ਵੀ ਹੁੰਦੀਆਂ ਨੇ, ਖੁੰਡ ਚਰਚਾ ਵੀ ਹੁੰਦੀਆਂ ਨੇ, ਸਾਰਾ ਕੁਝ ਚੱਲਦਾ ਜੀ, ਪੂਰਾ ਮਾਹੌਲ ਭਖਿਆ ਹੋਇਆ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਠੀਕ ਹੈ, ਲੱਗਦਾ ਚਾਰਾਂ 'ਚ ਹੈ ਮੁਕਾਬਲਾ? ਨਹੀਂ, ਮੁਕਾਬਲਾ ਤਾਂ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਧਰਮਵੀਰ ਗਾਂਧੀ 'ਚ ਰਹਿ ਗਿਆ ਜੀ, ਝਾੜੂ ਵਾਲਿਆਂ 'ਚ ਤਾਂ ਸਾਨੂੰ ਲੱਗਦਾ ਨਹੀਂ ਜੀ ਕੋਈ ਉਹ। ਨਹੀਂ ਜੀ, ਠੀਕ ਹੈ। ਸਰ ਤੁਹਾਡਾ ਕੀ ਨਾਮ? ਗੌਰਵ ਸੰਧੂ। ਤੁਸੀਂ ਬਿੱਲਾ ਵੀ ਲਾ ਰੱਖਿਆ? ਬਿਲਕੁਲ ਜੀ ਬਿਲਕੁਲ, ਅਸੀਂ ਪ੍ਰਚਾਰ ਕਰ ਰਹੇ ਸੀ ਡੋਰ ਟੂ ਡੋਰ ਤੇ ਚਾਹ ਪੀਣ ਆ ਗਏ, ਕਿਉਂਕਿ ਇੱਥੇ ਮਹਿਫਲ ਲੱਗੀ ਹੁੰਦੀ ਹੈ ਡੇਲੀ, ਇੱਥੇ 100-50 ਬੰਦਾ ਇਕੱਠਾ ਹੁੰਦਾ, ਤਾਂ ਅਸੀਂ ਤੁਰਦੇ ਫਿਰਦੇ ਆ ਗਏ ਸਵਾਬ ਨਾਲ, ਤੁਸੀਂ ਆ ਗਏ। ਮਾਹੌਲ ਹੈ ਪਟਿਆਲੇ ਚੋਣਾਂ ਦਾ? ਬਿਲਕੁਲ ਬਿਲਕੁਲ, ਮਾਹੌਲ ਹੈ ਜੀ, ਮਾਹੌਲ ਭਖਿਆ ਹੋਇਆ ਤੇ ਡਾਕਟਰ ਗਾਂਧੀ ਦਾ ਜਿਹੜਾ ਨਾਂ ਹੈ ਹਰ ਕਿਸੇ ਦੀ ਜ਼ੁਬਾਨ ਤੇ ਹੈ, ਡਾਕਟਰ ਗਾਂਧੀ ਦੇ ਕੀਤੇ ਹੋਏ ਕੰਮਾਂ ਦਾ, ਜਿਹੜੇ 2014 ਤੋਂ 19 ਤੱਕ ਉਹ MP ਰਹੇ ਹੈ, ਤੇ ਜਿਵੇਂ ਉਹਨਾਂ ਨੇ ਬਿਨਾਂ ਭੇਦਭਾਵ ਤੋਂ ਲੋਕਾਂ ਨੂੰ ਫੰਡ ਦਿੱਤੇ ਹੈ, ਪਾਸਪੋਰਟ ਦਫ਼ਤਰ ਖੁੱਲਿਆ ਉਹਨਾਂ ਨੇ ਇੱਥੇ ਪਟਿਆਲਾ ਦੇ ਵਿੱਚ, ਸਭ ਤੋਂ ਵੱਡੀ ਉਪਲਬਧੀ ਜਿਹੜੀ ਡਾਕਟਰ ਗਾਂਧੀ ਦੀ ਹੈ ਜਦੋਂ MP ਰਹੇ ਹੈ, ਪਾਸਪੋਰਟ ਦਫ਼ਤਰ ਦੀ ਹੈ ਤੇ ਰੇਲਵੇ ਲਾਈਨ ਦੀ ਜਿਹੜੀ ਉਹ ਇਲੈਕਟ੍ਰੀਫਾਈ ਕਰਾਈ। ਸਰ ਇੱਕ ਜਿਹੜੀ ਚਾਹ ਸਪੈਸ਼ਲ ਹੈ ਕੋਈ? ਨਹੀਂ ਨਹੀਂ, ਇਹ ਤਾਂ ਜਿਹੜੀ ਆਮ ਲੋਕਾਂ ਵਾਲੀ ਚਾਹ ਹੈ, ਅੱਜ ਸਪੈਸ਼ਲ ਬਣ ਗਈ, ਤੁਸੀਂ ਆਏ ਹੋ, ਆ ਪਤਵੰਤੇ ਸੱਜਣ ਬੈਠੇ ਨੇ ਤੇ ਅੱਜ ਇਹ ਸਪੈਸ਼ਲ ਹੈ। ਬਿਲਕੁਲ। ਸਰ ਗੱਲ ਕਰੀਏ ਜ਼ਿਲ੍ਹਾ ਪਟਿਆਲੇ ਦੀ, ਤਾਂ ਕਿੱਦਾਂ ਦਾ ਮਾਹੌਲ ਹੈ ਚੋਣਾਂ ਦਾ ਨੂੰ ਲੈ ਕੇ, ਲੋਕਾਂ 'ਚ ਹੈ ਉਤਸ਼ਾਹਿਤ ਹੈ? ਹੈਗਾ ਜੀ ਪੂਰਾ। ਹਾਂਜੀ ਹਾਂਜੀ, ਤੁਸੀਂ ਜਾਓਗੇ ਵੋਟ ਪਾਉਣ? ਜਾਵਾਂਗੇ ਜੀ। ਹਾਂਜੀ, ਕੀ ਲੱਗਦਾ ਕਿਹੜਾ ਕੈਂਡੀਡੇਟ ਚੰਗਾ ਲੱਗਦਾ? ਸਾਨੂੰ ਤਾਂ ਐਨਕੇ ਸ਼ਰਮਾ ਲੱਗਦਾ ਜੀ। ਹਾਂਜੀ, ਬਸ ਅਕਾਲੀ ਦਲ ਨਾਲ ਜੀ, ਪਹਿਲਾਂ ਤੋਂ ਜੁੜੇ ਹੋਏ। ਅਕਾਲੀ ਦਲ? ਅੱਛਾ, ਜੇ ਚਾਹ ਪੀਨੀ ਹੋ ਫਿਰ ਚਰਚਾਵਾਂ ਹੁੰਦੀਆਂ ਨੇ ਸਿਆਸਤ ਦੀ? ਹਾਂਜੀ ਹੁੰਦੀਆਂ ਨੇ ਜੀ, ਕੋਈ ਗਾਂਧੀ ਜੀ ਦਾ ਨਾਂ ਲੈਂਦਾ ਜੀ, ਕੋਈ ਐਨਕੇ ਸ਼ਰਮਾ ਦਾ ਲੈਂਦਾ ਜੀ, ਕੋਈ ਰਾਣੀ ਦਾ ਲੈਂਦਾ, ਕੋਈ ਝਾੜੂ ਦਾ ਪੈਸੇ ਖਿੰਡੇ ਗਿਆ। ਹਲਕਾ ਮੁਲਕਾ ਝਗੜਾ ਵੀ ਹੁੰਦਾ? ਆ ਚਲੋ ਥੋੜਾ ਬਹੁਤਾ ਚੱਲੀ ਜਾਂਦਾ ਜੀ ਗੱਲਾਂ ਬਾਤਾਂ। ਹਾਂਜੀ ਹਾਂ, ਆਪਣਾ ਕਨਵਿੰਸ ਕਰਦੇ ਹੋ ਵੀ ਯਾਰ ਨਹੀਂ ਯਾਰ ਆਪਣਾ ਬੰਦਾ ਠੀਕ ਆ ਆਪਣੀ ਪਾਰਟੀ ਦਾ ਬੰਦਾ? ਬਿਲਕੁਲ ਜੀ, ਕਹਿੰਦਾ ਜੀ ਆ ਬੰਦਾ ਹਰੇਕ, ਅਸੀਂ ਤਾਂ ਐਨਕੇ ਸ਼ਰਮਾ ਨੂੰ ਜਿਤਾਉਣਾ ਜੀ। ਬਿਲਕੁਲ ਹਾਂਜੀ, ਠੀਕ ਹੈ ਜੀ। ਮੇਰੇ ਨਾਲ ਮੌਜੂਦ ਨੇ ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਿਮਰ ਕੁੱਕਲ ਹੈ। ਹਾਂਜੀ, ਸਿਮਰ ਕੁੱਕਲ ਹੈ ਜੀ ਮੇਰਾ ਨਾਮ। ਕੀ ਕਰਦੇ ਹੋ ਸਰ? ਮੇਰਾ ਬਿਜ਼ਨਸ ਹੈ ਜੀ। ਅੱਛਾ, ਚਾਹ ਪੀਂਦੇ ਹੋ ਨਾਲ ਚਰਚਾਵਾਂ ਹੁੰਦੀਆਂ ਸਿਆਸਤ ਦੀ? ਹਾਂਜੀ ਹਾਂਜੀ, ਬਿਲਕੁਲ ਹੁੰਦੀ ਹੈ। ਕਿੱਦਾਂ ਦੀ ਵੀ? ਜਿੱਦਾਂ ਦਾ ਮਾਹੌਲ ਚੱਲ ਰਿਹਾ ਚੋਣਾਂ ਦਾ, ਉਹਨਾਂ ਨੂੰ ਲੈ ਕੇ ਬਹੁਤ ਵਧੀਆ ਚਰਚਾ ਹੋ ਰਹੀ ਹੈ। ਅੱਛਾ ਹਾਂਜੀ, ਤੇ ਕਿਹੜਾ ਉਮੀਦਵਾਰ ਹੈ ਪਸੰਦ ਕੋਈ? ਐਨਕੇ ਸ਼ਰਮਾ ਜੀ ਪਹਿਲੀ ਪਸੰਦ ਹੈ ਜੀ। ਪਹਿਲੀ ਪਸੰਦ ਹੈ? ਤੇ ਦੂਜੀ? ਦੂਜੀ ਕੋਈ ਨਹੀਂ ਜੀ। ਕੋਈ ਨਹੀਂ, ਉਹ ਕਿਉਂ ਅਕਾਲੀ ਦਲ ਦੇ ਉਹ ਤਾਂ ਕਹਿੰਦੇ ਨਾਲੇ ਜੀਰਕਪੁਰ ਤੋਂ ਆਏ ਵੇ ਲੋਕ ਕਹਿੰਦੇ ਆ। ਦੇਖੋ ਜੀ, ਚਾਹੇ ਜੇ ਜੀਰਕਪੁਰ ਤੋਂ ਆਏ ਨੇ ਚਾਹੇ ਡੇਰਾਬੱਸੀ ਤੋਂ ਆਏ ਨੇ, ਵੈਸੇ ਪਰਟੀਕੁਲਰ ਉਹ ਡੇਰਾਬੱਸੀ ਤੋਂ ਨੇ, ਡੇਰਾਬੱਸੀ ਵੀ ਪਟਿਆਲੇ ਦਾ ਹਿੱਸਾ, 9 ਵਿਧਾਨ ਸਭਾ ਹਲਕਾ ਪੈਂਦੇ ਨੇ ਉਹਨਾਂ 'ਚ, ਡੇਰਾਬੱਸੀ ਹਲਕਾ, ਜਾਣੀ ਕਿ
ਤਾਂ ਕਰਕੇ ਜਿਹੜਾ ਉੱਥੋਂ ਦਾ ਵਿਕਾਸ ਹੋਇਆ ਲੋਕਾਂ ਨੂੰ ਦੇਖਦੇ ਹੋਏ, ਇੱਥੇ ਵੀ ਉਹਨਾਂ ਵਾਸਤੇ ਵਿਜ਼ਨਰੀ ਨੇ। ਪਰਨੀਤ ਕੌਰ ਨੇ, ਕੈਪਟਨ ਅਮਰਿੰਦਰ ਸਿੰਘ ਘਰਵਾਲੀ ਨੇ, ਦੂਜੇ ਪਾਸੇ ਡਾਕਟਰ ਬਲਬੀਰ ਨੇ, ਕੈਬਨਿਟ ਮੰਤਰੀ ਵੀ ਨੇ, ਸਿਹਤ ਮੰਤਰੀ ਵੀ ਨੇ, ਤੇ ਧਰਮਵੀਰ ਗਾਂਧੀ ਕਹਿੰਦੇ ਬਹੁਤ ਵਧੀਆ ਬੰਦੇ ਨੇ। ਕੀ ਲੱਗਦਾ ਇਹਨਾਂ ਤੋਂ ਕੋਈ ਪਸੰਦ ਨਹੀਂ? ਨਹੀਂ। ਅੱਛਾ, ਤੇ ਕੀ ਕਨਵਿੰਸ ਕਰਦੇ ਹੋ ਆਪਣੇ ਯਾਰ ਦੋਸਤਾਂ ਨੂੰ ਜਦੋਂ ਇਹ ਗੱਲ ਚੱਲਦੀ ਹੈ? ਬਿਲਕੁਲ ਜੀ। ਅੱਛਾ, ਹਾਂਜੀ। ਸੋ ਦੇਖ ਸਕਦੇ ਹੋ ਕਿ ਫਿਲਹਾਲ ਚਾਏ ਪਰ ਚਰਚਾ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਪਟਿਆਲਾ ਦੇ ਆਗਿਆ ਸਿੰਘ ਢਾਬੇ ਦੇ ਪਹੁੰਚੇ ਹਾਂ, ਜਿਹਦੀ ਚਾਹ ਬੜੀ ਫੇਮਸ ਹੈ, ਲੋਕ ਦੂਰੋਂ ਦੂਰੋਂ ਪੀਣ ਵਾਸਤੇ ਆਉਂਦੇ ਨੇ, ਅਤੇ ਯਾਰ ਦੋਸਤ ਵੀ ਜਿਹੜੇ ਇੱਥੇ ਇਕੱਠੇ ਬੈਠ ਕੇ ਚਰਚਾਵਾਂ ਚੱਲਦੀਆਂ ਨੇ ਕਿ ਕਿਸ ਕੈਂਡੀਡੇਟ ਦੇ ਕਿਸ ਕੈਂਡੀਡੇਟ ਨੂੰ ਵੋਟ ਪਾਉਣੀ ਹੈ। ਬਹਰਹਾਲ ਹਰ ਕਿਸੇ ਦਾ ਰਲਿਆ ਮਿਲਿਆ ਜਿਹੜਾ ਹੈਗਾ, ਇਹ ਰਲਿਆ ਮਿਲਿਆ ਜਿਹੜਾ ਹੈਗਾ ਸਭ ਦੀ ਇੱਕ ਸਲਾਹ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ 1 ਤਰੀਕ ਨੂੰ ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਪਾਰਟੀ ਦੇ ਉਮੀਦਵਾਰ ਨੂੰ ਲੋਕ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਬਣਾਉਣਗੇ। ਪਟਿਆਲਾ ਤੋਂ ਕੈਮਰਾ ਪਰਸਨ ਗ੍ਰਹਿ ਦੇ ਨਾਲ ਬਲਿੰਦਰ ਸਿੰਘ, ਜ਼ੀ ਮੀਡੀਆ।